ਨਹੀਂ ਕਰਦੇ ਜੋ ਤੁਸੀਂ ਇਹ ਕੰਮ ਇੰਨੀ ਉਮਰ 'ਚ ਵੀ ਕਰ ਰਹੇ ਹੋ? ਨਹੀਂ, ਮੈਂ ਟੱਲੀ ਨਹੀਂ ਹਟਦਾ, ਮੈਂ ਟੱਲੀ ਨਹੀਂ ਹਟਦਾ। ਮਤਲਬ ਤੁਸੀਂ ਮੰਗ ਕੇ ਨਹੀਂ ਖਾਣਾ ਚਾਹੁੰਦੇ? ਮੈਂ ਆਪਣਾ ਕਮਾਈ ਕਰਕੇ ਖਾਣਾ ਚਾਹੁੰਦਾ। 70 ਸਾਲ ਦੇ ਵਿੱਚ ਮੇਰੀ 70 ਛੁੱਟੀ ਨਹੀਂ ਹੈ, ਇਹਦਾ ਰਿਕਾਰਡ ਹੈ। 10 ਪੈਸੇ ਰਿਆਇਤ ਲੈਂਦਾ, ਨਗਦ ਲੈਣਾ, ਨਗਦ ਵੇਚਣਾ। ਮੇਰਾ ਸਰੀਰ ਤੰਦਰੁਸਤ ਹੈ, ਉਹ ਉੱਪਰੋਂ ਮੇਰੀ ਮਹਾਰਾਜ ਵੱਲੋਂ ਕਿਰਪਾ। ਸਰਕਾਰ ਨੂੰ ਰਿਪੋਰਟ ਕਰਨਾ ਕਿ ਮੇਰਾ ਜਿਹੜਾ ਹੈ ਥੋੜ੍ਹੀ ਜਗ੍ਹਾ ਮੈਨੂੰ ਕੋਈ ਛੇਡ ਅਲਾਟ ਕਰਾ ਦੇਣ, ਪਰ ਔਰ ਕਾਗਜ਼ ਮੇਰੇ ਕੋਲ ਮੌਜੂਦ ਨੇ। ਜਦ ਵੀ ਚਾਹੇ ਸਰਕਾਰ ਵੇਖ ਸਕਦੀ ਹੈ, ਉਹਦਾ ਸਬੂਤ ਮਿਲ ਸਕਦਾ। ਅਜੇ ਵੀ ਮੈਂ ਕਈਆਂ 20-25 ਸਾਲ ਮੁੰਡਿਆਂ ਨਾਲੋਂ ਮੈਂ ਤਕੜਾ। ਲਖਨਊ ਦੀ ਬੋਲ ਬੋਲਿਆ, ਇਹ ਆ ਗਿਆ ਦਿੱਲੀ ਦਾ ਕੁੱਤਾ ਬਣਾ। ਕਿਆ ਮਾਲ ਹੈ, ਰੁਪਈਆਂ ਦੀ ਬੜੀ ਲੋੜ ਹੈ, ਜਰਾ ਛੇਤੀ ਆਓ। ਸਰਕਾਰੀ ਮਹਿਕਮਾ ਵਿੱਚ 60 ਸਾਲ ਉਮਰ ਰਿਟਾਇਰਮੈਂਟ ਦੀ ਹੁੰਦੀ ਹੈ, ਪਰ ਸਾਡੇ ਨਾਲ ਇਸ ਟਾਈਮ ਉਹ ਸ਼ਖਸ ਮੌਜੂਦ ਹੈ ਜਿਨ੍ਹਾਂ ਦੀ ਲਗਭਗ ਉਮਰ ਹੈ 100 ਸਾਲ, ਅਤੇ ਉਹ ਇੱਕ ਕੀਰਤੀ ਇਨਸਾਨ ਹੈ। 100 ਸਾਲ ਦੀ ਉਮਰ 'ਚ ਉਹ ਰੋਜ਼ ਇੱਥੇ ਆ ਕੇ ਆਪਣੀ ਫੜੀ ਲਾਉਂਦੇ ਨੇ ਅਤੇ ਰੋਜ਼ ਇੱਕ ਵਧੀਆ ਜੀਵਨ ਜੀ ਰਹੇ ਨੇ, ਰੋਜ਼ ਕੀਰਤ ਕਰਦੇ ਆ, ਅਤੇ ਉਹ ਕਹਿੰਦੇ ਨੇ ਵੀ ਅਸੀਂ ਤਾਂ ਕੀਰਤ ਕਰ ਰਹੇ ਹਾਂ ਵੀ ਸਾਡਾ ਸਰੀਰ ਚੱਲਦਾ ਰਹਿੰਦਾ। ਆਓ ਉਸ ਬਜ਼ੁਰਗ ਨਾਲ ਗੱਲ ਕਰਦੇ ਹਾਂ। ਪਹਿਲਾਂ ਤਾਂ ਉਹਨਾਂ ਤੋਂ ਪੁੱਛਦੇ ਹਾਂ, ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੁਸੀਂ ਇਹ ਦੱਸੋ ਵੀ ਇਹ ਕਿੰਨੇ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ? ਮੈਂ ਇੱਥੇ 76 ਸਾਲ ਦਾ ਕਰ ਰਿਹਾ, ਔਰ ਇਹਦਾ ਰਿਕਾਰਡ ਮਿਊਨਿਸਪਲ ਕਮੇਟੀ ਵਗੈਰਾ ਸਭ ਨੂੰ ਪਤਾ ਹੈ ਕਿ ਇਹ ਬੰਦਾ ਇੱਥੇ ਬੈਠਾ। ਤੁਸੀਂ ਰੋਜ਼ ਕਿੰਨੇ ਵਜੇ ਇੱਥੇ ਫੜੀ ਲਾਉਂਦੇ ਹੋ? ਮੈਂ 10 ਵਜੇ ਲਾਉਂਦਾ। ਤੁਹਾਨੂੰ ਕਦੀ ਇੱਥੇ ਪੁਲਿਸ ਪ੍ਰਸ਼ਾਸਨ ਨੇ ਕਿਸੇ ਨੇ ਪਰੇਸ਼ਾਨ ਨਹੀਂ ਕੀਤਾ? ਆਮ ਦੇਖਿਆ ਗਿਆ ਰੇੜੀਆਂ ਫੜੀਆਂ ਚੱਕ ਦਿੱਤੀਆਂ ਤੁਹਾਨੂੰ? ਕਈ ਵਾਰੀ ਹੋਇਆ, ਪਰ ਮੇਰੇ ਜਿਹੜੇ ਮਾਲਕ ਨੇ ਛਾਬੜਾ ਸਾਹਿਬ, ਉਹ ਮੇਰੀ ਬੜੀ ਸਪੋਰਟ ਕਰਦੇ ਨੇ। ਤੁਹਾਡੇ ਘਰ 'ਚ ਕਿੰਨੇ ਕੁ ਜੀ ਨੇ, ਮਤਲਬ ਤੁਹਾਡੇ ਪੁੱਤਰ ਹੈਗੇ ਨੇ ਜਿਹੜੇ? ਮੇਰਾ ਇੱਕ ਲੜਕਾ, ਇੱਕ ਉਹ ਹੈਗਾ ਮੇਰੇ ਘਰ ਦੇ, ਇੱਕ ਮੇਰੀ ਨੂੰਹ, ਅਤੇ ਬਾਕੀ 2 ਬੱਚੇ ਮੇਰੇ ਮੁੰਡੇ ਦੇ ਨੇ, ਉਹ ਸ਼ਾਦੀ ਸ਼ੁਦਾ ਨੇ, ਇੱਕ ਸ਼ਾਦੀ ਸ਼ੁਦਾ ਉਹ ਦਿੱਲੀ ਵਿਆਹ ਜੀ। ਮੁੰਡੇ ਸਪੋਰਟ ਨਹੀਂ ਕਰਦੇ ਜੋ ਤੁਸੀਂ ਇਹ ਕੰਮ ਇੰਨੀ ਉਮਰ 'ਚ ਵੀ ਕਰ ਰਹੇ ਹੋ? ਮੈਂ ਟੱਲੀ ਨਹੀਂ ਹਟਦਾ, ਮੈਂ ਟੱਲੀ ਨਹੀਂ ਹਟਦਾ। ਮੈਂ ਆਪਣਾ ਕਮਾਉਣਾ, ਮੇਰੇ ਘਰ ਦੇ ਵੀ ਕਾਇਮ ਨੇ, ਮੈਂ ਦਵਾਈ ਲੈਣਾ, ਔਰ ਦਵਾਈਆਂ ਮੈਨੂੰ ਲੈਣੀਆਂ ਪੈਂਦੀਆਂ, ਦੇਖੋ ਤਾਂ ਮੈਂ ਦਿਖਾਵਾਂ, ਡੱਬਾ ਮੇਰੇ ਕੋਲ ਹੈ। ਮਤਲਬ ਤੁਸੀਂ ਮੰਗ ਕੇ ਨਹੀਂ ਖਾਣਾ ਚਾਹੁੰਦੇ? ਤੁਸੀਂ ਨਹੀਂ ਖਾਣਾ ਚਾਹੁੰਦੇ? ਖਾਣਾ ਚਾਹੁੰਦੇ? ਸਰੀਰ ਹੋਵੇ ਨਾ ਹੋਵੇ, ਮੈਂ ਆਪਣਾ ਕਮਾਈ ਕਰਕੇ ਖਾਣਾ ਚਾਹੁੰਦਾ, ਔਰ ਮੈਂ ਰੋਜ਼ ਮੈਨੂੰ ਤੂਫਾਨ ਹੋਵੇ, ਬਾਰਿਸ਼ ਹੋਵੇ, ਮੈਂ ਇੱਥੇ ਬੈਠਾ। ਔਰ 70 ਸਾਲ ਦੇ ਵਿੱਚ ਮੇਰੀ 70 ਛੁੱਟੀ ਨਹੀਂ ਹੈ, ਇਹਦਾ ਰਿਕਾਰਡ ਹੈ। ਬਾਬਾ ਜੀ ਕਹਿ ਰਹੇ ਵੀ 70 ਸਾਲ ਹੋ ਗਏ ਉਹਨਾਂ ਨੂੰ ਇਹ ਕੰਮ ਕਰਦੇ ਆ, ਤੇ ਅੱਜ ਤੱਕ ਉਹਨਾਂ ਨੇ ਕੋਈ ਛੁੱਟੀ ਨਹੀਂ ਲਈ, ਭਾਵੇਂ ਬਿਮਾਰ ਹੋਣ, ਭਾਵੇਂ ਜੋ ਮਰਜ਼ੀ ਹੋਏ, ਉਹਨਾਂ ਨੇ ਅੱਜ ਤੱਕ ਕੋਈ ਛੁੱਟੀ ਨਹੀਂ ਲਈ। ਨਹੀਂ, ਛੁੱਟੀ ਨਹੀਂ। ਤੇ ਇਹ ਕੰਮ ਕਰਕੇ ਤੁਹਾਨੂੰ ਕਿੱਦਾਂ ਦਾ ਲੱਗਦਾ? ਮੈਨੂੰ ਬਹੁਤ ਅੱਛਾ ਲੱਗਦਾ, ਮੈਂ ਕਾਇਮ ਹਾਂ। ਮੈਨੂੰ ਕਈ ਵਾਰੀ ਪਾਕਿਸਤਾਨ ਨੂੰ ਯਾਦ ਆਉਂਦਾ, ਕਿਉਂਕਿ ਮੇਰਾ ਜਨਮ ਪਾਕਿਸਤਾਨ ਦਾ, ਮੇਰੀ ਪੜ੍ਹਾਈ ਪਾਕਿਸਤਾਨ ਦੀ ਹੈ, ਉਰਦੂ ਦੀ। ਤੁਹਾਡੀ ਪਿਛੋਕੜ ਕਿੱਥੋਂ, ਕਿਹੜੇ ਏਰੀਆ ਤੋਂ ਤੁਸੀਂ ਪਾਕਿਸਤਾਨ ਦੇ? ਮੈਂ ਸਿਲਾਲੀ ਦਾ, ਜ਼ਿਲ੍ਹਾ ਚੰਗੋਲ ਦਾ। ਕਿੰਨੀ ਉਮਰ ਦੇ ਸੀ ਜਦੋਂ ਇੱਥੇ ਆ ਗਏ? ਉਮਰ ਤੁਸੀਂ ਆਪ ਹਿਸਾਬ ਲਾ ਲਓ, ਮੈਂ ਕਹਿ ਤਾ 76 ਸਾਲ ਦਾ ਮੈਨੂੰ ਹੋ ਗਏ ਨੇ ਇੱਥੇ ਬੈਠਿਆ, ਅਤੇ 2 ਸਾਲ ਮੈਂ ਪਹਿਲੇ ਹਰਨਾਮ ਸਿੰਘ ਕੋਲ ਰਿਹਾ, ਹਰਨਾਮ ਸਿੰਘ ਦੁਬੀਏ ਕੋਲ। ਮਤਲਬ ਤੁਸੀਂ ਇਹ ਕੱਪੜਿਆਂ ਦਾ ਹੀ ਕੰਮ ਕੀਤਾ ਅੱਜ ਤੱਕ, ਕੋਈ ਹੋਰ ਕੰਮ? ਮੈਂ ਪਹਿਲੇ ਸਾਈਕਲ, ਹਰਨਾਮ ਕੋਲ ਮੈਂ ਸਾਈਕਲਾਂ ਦਾ ਕੰਮ ਸਿੱਖਿਆ, ਪਹਿਲੇ ਸਾਈਕਲਾਂ ਦਾ ਕੰਮ ਕੀਤਾ, ਔਰ ਇਹ ਕੱਪੜਾ ਦਾ ਕੰਮ ਕਰਦਿਆਂ ਮੈਨੂੰ 76 ਸਾਲ ਹੋ ਗਏ। ਮਤਲਬ ਇਹ ਕਿੱਦਾਂ ਚੁਣਿਆ ਤੁਸੀਂ, ਇਹ ਕਿੱਦਾਂ ਕਿੱਦਾਂ ਚੁਣਿਆ? ਇਹ ਮਾਰਕੀਟ ਸੀ ਜਿੱਥੇ ਮੈਂ ਬੈਠਾ, ਇਹ ਕੱਪੜੇ ਦੀ ਮਾਰਕੀਟ ਸੀ, ਸਾਰੀ ਕੱਪੜੇ ਵੇਖ ਗਿਆ, ਵੇਖ ਕੇ ਸਾਰੀ ਕੱਪੜੇ। ਹਾਂ, ਔਰ ਇੱਥੇ ਡਾਕਟਰ ਬੈਰੀ ਸਾਹਿਬ ਸੀ, ਅੱਖਾਂ ਦੇ ਡਾਕਟਰ ਸਨ, ਅਤੇ ਉਹਨਾਂ ਦੀ ਬਿਲਡਿੰਗ ਦੇ ਵਿੱਚ ਮੈਨੂੰ ਥੋੜ੍ਹੀ ਜਗ੍ਹਾ ਮਿਲੀ ਸੀ। ਸਮਾਨ ਸਾਰਾ ਤੁਸੀਂ ਇਹ ਲਿਆਂਦੇ ਕਿੱਥੇ ਹੋ, ਕਿਹੜੀ ਮਾਰਕੀਟ ਤੋਂ ਲਿਆਂਦੇ ਸਾਰਾ?
ਮੈਂ ਤੂੰ ਜਿੱਥੋਂ ਮਾਲ ਮੈਨੂੰ ਚੰਗਾ ਰਿਆਇਤ ਮਿਲ ਜਾਏ ਮੈਂ ਲੈ ਆਉਣਾ। ਕੋਈ ਫਿਕਸ ਜਗ੍ਹਾ ਨਹੀਂ ਹੈਗੀ? ਨਹੀਂ ਕੋਈ ਨਹੀਂ ਜੀ, ਮੇਰੀ ਪੱਕੀ ਰਜਿਸਟਰੀ ਨਹੀਂ ਹੈ। ਮੈਂ ਜੇ ਤੂੰ ਚੰਗਾ ਰਿਆਇਤ ਮੈਨੂੰ ਜਿਹੜਾ ਦਸ ਪੈਸੇ ਰਿਆਇਤ ਲੈਂਦਾ, ਨਗਦ ਲੈਣਾ, ਨਗਦ ਵੇਚਣਾ, ਮਤਲਬ ਕੋਈ ਉਧਾਰ ਨਹੀਂ ਕਰਦੇ, ਨਗਦ ਲੈਣਾ ਲੱਗਦਾ ਮਤਲਬ ਹੀ ਨਹੀਂ ਹੈ, ਲੈਣਾ ਲੈਣ ਦਾ ਨਾ ਦੇਣ ਦਾ। ਬਾਬਾ ਜੀ ਤੁਹਾਡੀ 100 ਸਾਲ ਤੋਂ ਉੱਤੇ ਉਮਰ ਹੋ ਗਈ, ਤੁਹਾਨੂੰ ਉਖਾਈ ਨਹੀਂ ਹੁੰਦੀ? ਕੋਈ ਉਖਾਈ ਨਹੀਂ, ਮੇਰਾ ਸਰੀਰ ਤੰਦਰੁਸਤ ਹੈ, ਉਪਰੋਂ ਮੇਰੀ ਮਹਾਰਾਜ ਵੱਲੋਂ ਕਿਰਪਾ, ਮੇਰੀਆਂ ਦੰਦ ਵੀ ਉਹੀ ਪਹਿਲੇ ਨੇ। ਔਰ ਮੈਂ ਹੁਣ ਥੋੜ੍ਹਾ ਚਿਰ ਹੋ ਗਿਆ ਅੱਖਾਂ ਬਣਵਾਈਆਂ ਸੀ, ਬਾਕੀ ਮੈਂ ਸਰਕਾਰ ਨੂੰ ਰਿਪੋਰਟ ਕਰਨਾ ਕਿ ਮੇਰਾ ਜਿਹੜਾ ਹੈ ਥੋੜ੍ਹੀ ਜਗ੍ਹਾ ਮੈਨੂੰ ਕੋਈ ਛੇਡ ਅਲਾਟ ਕਰਾ ਦੇਣ। ਮੇਰੇ ਸਾਰੇ ਕਾਗਜ਼ ਮਿਊਂਸਪਲ ਕਮੇਟੀ ਦੇ ਅੰਦਰ ਪਏ ਹੋਏ, ਔਰ ਮੈਨੂੰ ਉਹਨਾਂ ਕਿਹਾ ਸੀ ਤੁਹਾਨੂੰ ਜਗ੍ਹਾ ਦੇਵਾਂਗੇ ਅੱਜ ਤੋਂ 30-40 ਸਾਲ ਪਹਿਲੇ, ਲੇਕਿਨ ਅਜੇ ਤੱਕ ਮੈਨੂੰ ਕੋਈ ਜਗ੍ਹਾ ਨਹੀਂ ਮਿਲੀ, ਔਰ ਨਾ ਹੀ ਮੈਨੂੰ ਕੋਈ ਲੈਣ ਦਿੰਦਾ। ਸਿਰਫ ਛਾਬੜਾ ਸਾਹਿਬ ਨੇ ਜਿਹਨਾਂ ਅੰਦਰ ਜਗ੍ਹਾ ਦਿੱਤੀ ਅਤੇ ਮੈਂ ਬੈਠਾ। ਸਰਕਾਰ ਦਾ ਕਦੀ ਤੁਸੀਂ ਦਰਵਾਜ਼ਾ ਖੜਕਾਇਆ ਵੀ ਮੈਨੂੰ ਵੀ ਕੋਈ ਜਗ੍ਹਾ ਦਿਓ ਮੇਰੀ ਅੱਡੀ? ਮੈਂ ਕਿਹਾ ਮੇਰਾ ਰਿਕਾਰਡ ਮਿਊਂਸਪੈਲਿਟੀ ਕਮੇਟੀ ਵਿੱਚ ਪਿਆ, ਗੁਰਦੁਆਰੇ ਕੋਲ ਮੇਰੇ ਕੋਲ ਕਾਗਜ਼ ਮੌਜੂਦ ਨੇ, ਮੇਰੇ ਕੋਲ ਨੰਬਰ ਦਿੱਤਾ ਹੋਇਆ ਉਹਨਾਂ ਮੈਨੂੰ, ਮੈਂ ਤੁਹਾਨੂੰ ਜਗ੍ਹਾ ਦਿਆਂਗੇ, ਉਹ ਨੰਬਰ ਔਰ ਕਾਗਜ਼ ਮੇਰੇ ਕੋਲ ਮੌਜੂਦ ਨੇ, ਜਦ ਵੀ ਚਾਹੇ ਸਰਕਾਰ ਵੇਖ ਸਕਦੀ ਹੈ, ਉਹਦਾ ਸਬੂਤ ਮਿਲ ਸਕਦਾ। ਮਤਲਬ ਤੁਸੀਂ ਹਜੇ ਵੀ ਕੰਮ ਕਰਨ ਨੂੰ ਤਿਆਰ ਹੋ ਵੀ ਤੁਹਾਨੂੰ ਸ਼ੈਡ ਮਿਲ ਜਾਏ ਵੀ ਤੁਸੀਂ ਕੰਮ ਕਰੀ ਜਾਂਦੇ? ਉਮਰ ਦਾ ਹਿਸਾਬ ਨਹੀਂ ਹੁੰਦਾ, ਸਰੀਰ ਦੀ ਤੰਦਰੁਸਤੀ ਹੈ। ਅਜੇ ਵੀ ਮੈਂ ਕਈਆਂ 20-25 ਸਾਲ ਮੁੰਡਿਆਂ ਨਾਲੋਂ ਮੈਂ ਤਕੜਾ। ਪੱਕੀ ਗੱਲ, ਤਕੜੇ ਉਮਰ ਨਾਲ ਪੱਕੇ ਪੱਕੇ ਇਹ ਤਾਂ ਭਾਈ ਬਾਬਾ ਜੀ ਤੁਹਾਡੇ ਕੰਮ ਕਰਨ ਦੇ ਤਰੀਕੇ ਤੋਂ ਹੀ ਪਤਾ ਲੱਗ ਰਿਹਾ। ਅੱਜ ਕੱਲ੍ਹ ਤਾਂ ਦੇਖੋ 20 ਸਾਲ ਦੇ ਬੱਚੇ ਕਈ ਗੇੜੀਆਂ ਲਾ ਰਹੇ ਆ, ਕਈ ਘਰੇ ਹੀ ਬੈਠੇ ਹੋਏ ਨੇ, ਕਈ ਸੁੱਤੇ ਰਹਿੰਦੇ ਆ, ਤੁਸੀਂ ਇੱਥੇ ਕੀਰਤੀ ਇਨਸਾਨ ਹੋ ਪਤਾ। ਦੋ ਹੁੱਕੇ ਮੇਰੇ ਸੁਣ ਲਓ, ਕਿਆ ਮਾਲ ਹੈ, ਇਹ ਬੜੀਆ ਮਾਲ ਹੈ, ਤੋਹਫੇ ਤੋਹਫੇ ਭਾਰਤ ਸਰਕਾਰ ਦੇ। ਧੰਨਵਾਦ ਜੀ ਤੁਹਾਡਾ। ਇਹ ਆ ਗਈਆਂ ਲਖਨਊ ਦੀ ਬੋਲ ਬੋਲੀਆਂ, ਇਹ ਆ ਗਿਆ ਦਿੱਲੀ ਦਾ ਕੁੱਤਾ ਬਣਾ, ਕਿਆ ਮਾਲ ਹੈ, ਰੁਪਈਏ ਦੀ ਬੜੀ ਲੋੜ ਹੈ, ਜਰਾ ਛੇਤੀ ਆਓ। ਜੇ ਕਿ ਤੁਸੀਂ ਬਾਬਾ ਜੀ ਦੇ ਹੋਕਿਆਂ ਤੋਂ ਪਛਾਣ ਹੀ ਗਏ ਹੋਗੇ ਵੀ ਭਾਵੇਂ ਇਹਨਾਂ ਦੀ ਉਮਰ 100 ਸਾਲ ਹੈ ਪਰ ਜਿਗਰਾ ਦਿਲ ਉਹ 20 ਸਾਲ ਦੇ ਨੌਜਵਾਨ ਵਰਗਾ ਹੈ। ਅੱਜ ਵੀ ਇਹ ਕੀਰਤੀ ਇਨਸਾਨ ਮਿਹਨਤ ਕਰਨਾ ਚਾਹੁੰਦਾ ਅਤੇ ਸਰਕਾਰ ਨੂੰ ਗੁਹਾਰ ਲਾਉਂਦਾ ਵੀ ਮੈਨੂੰ ਇੱਕ ਸ਼ੈੱਡ ਦੇ ਦਿੱਤਾ ਜਾਵੇ, ਮੈਂ ਤਾਂ ਰੋਜ਼ ਆ ਕੇ ਮਿਹਨਤ ਕਰਦਾ ਹੀ ਹਾਂ ਵੀ ਮੇਰੀ ਥੋੜ੍ਹੀ ਜਿਹੀ ਹੈਲਪ ਕੀਤੀ ਜਾਵੇ, ਇੱਕ ਸ਼ੈੱਡ ਹੀ ਦੇ ਦਿੱਤਾ ਜਾਵੇ। ਵਧੇਰੀ ਜਾਣਕਾਰੀ ਲਈ ਲੁਧਿਆਣਾ ਟਾਈਮਸ ਨਾਲ ਜੁੜੇ ਰਹੋ। ਕੁੰਵਰਜੋਤ ਸਿੰਘ ਦੀ ਰਿਪੋਰਟ, ਕੈਮਰਾਮੈਨ ਗੁਰਦੀਪ ਸਿੰਘ।